ਪੰਜਾਬ ਦੀਆਂ ਮਾਵਾਂ ਦੇ ਦੁੱਧ ਦੇ ਵਿੱਚੋਂ ਵੀ ਰਿਸਰਚਰਜ਼ ਨੂੰ ਡੀਡੀਟੀ ਦੇ ਸੈਂਪਲ ਮਿਲੇ ਆ ਨਵੇਂ ਜੰਮਦੇ ਜਵਾਕਾਂ ਦੇ ਖੂਨ ਦੇ ਵਿੱਚ ਹੀ ਰੇਹਾਂ ਸਪਰੇਹਾਂ ਪਾਤੀਆਂ ਇਸ ਹਰੀ ਕ੍ਰਾਂਤੀ ਨੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਨਾਲੋਂ ਵੱਧ ਕੈਂਸਰ ਰੇਟ ਆ ਜਿਹੜੀ ਇਹ ਹਰੀ ਕ੍ਰਾਂਤੀ ਆ ਨਾ ਇਹਨੇ ਆਉਣ ਵਾਲੇ ਅਗਲੇ 15 ਤੋਂ 20 ਸਾਲਾਂ ਦੇ ਵਿੱਚ ਪਾਣੀਆਂ ਦੀ ਧਰਤੀ ਪੰਜਾਬ ਨੂੰ ਮਾਰੂਥਲ ਬਣਾ ਦੇਣਾ ਆ ਪੂਰੇ ਪਾਰਾ ਦਾ ਢੱਡ ਭਰਨ ਵਾਲੇ ਪੰਜਾਬ ਦੇ ਸਿਰਫ 6 ਜ਼ਿਲ੍ਹਿਆਂ ਦੇ ਵਿੱਚ 16600 ਕਿਸਾਨ ਅਜਿਹੀ ਆ ਜੋ ਪਿਛਲੇ 20 ਸਾਲਾਂ ਦੇ ਵਿੱਚ ਖੁਦਕੁਸ਼ੀ ਕਰ ਚੁੱਕੇ ਆ ਤੇ ਹਰ ਰੋਜ਼ 18 ਲੋਕਾਂ ਦੀ ਕੈਂਸਰ ਦੇ ਨਾਲ ਪੰਜਾਬ ਦੇ ਵਿੱਚ ਮੌਤ ਹੋ ਰਹੀ ਆ ਪੰਜਾਬ ਦੇ 138 ਬਲਾਕਾਂ ਦੇ ਵਿੱਚੋਂ 109 ਬਲਾਕ ਅਜਿਹੀ ਆ ਜਿਨ੍ਹਾਂ ਦੇ ਵਿੱਚ ਪਾਣੀ ਮੁੱਕਣ ਦੀ ਕਗਾਰ ਤੇ ਤੇ ਜੇ ਇਹੀ ਹਾਲਾਤ ਚੱਲਦੇ ਰਹੇ ਤਾਂ ਆਉਣ ਵਾਲੇ ਅਗਲੇ 15 ਸਾਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਆ ਉਹਦਾ ਲੈਵਲ ਤਕਰੀਬਨ 300 ਮੀਟਰ ਤੋਂ ਵੀ ਥੱਲੇ ਚਲਾ ਜਾਊਗਾ ਜਾਨੀ ਕਿ ਪੰਚ ਆਪ ਦੇ ਵਿੱਚ ਜਿਹੜਾ ਪਾਣੀਆਂ ਦੀ ਧਰਤੀ ਆ ਉਹਦੇ ਵਿੱਚ ਹੀ ਪਾਣੀ ਮੁੱਕ ਜਾਊਗਾ ਤੇ ਇਹ ਜਿੰਨੀਆਂ ਵੀ ਪ੍ਰੋਬਲਮਸ ਮੈਂ ਤੁਹਾਨੂੰ ਦਸੀਆਂ ਇਹਨਾਂ ਸਾਰੀਆਂ ਪ੍ਰੋਬਲਮਸ ਦਾ ਇੱਕੋ ਕਾਰਨ ਆ ਹਰੀ ਕ੍ਰਾਂਤੀ ਜਿਸੇ ਖਾਦ ਔਰ ਦਵਾਈਆਂ ਜਿਸ ਵਿੱਚ ਕੇ ਸਾਥ ਮਿਲਾਈ ਜਾਂਦੀ ਹੈ ਰਸਾਇਣਿਕ ਤੱਤ ਪੀਣੇ ਦੇ ਪਾਣੀ ਨੂੰ ਜ਼ਹਿਰੀਲਾ ਬਣਾ ਚੁੱਕੇ ਹਨ ਉਧਰ ਫਰਨਾ ਦੇ ਵਿੱਚ ਜ਼ਮੀਨੀ ਪਾਣੀ ਦਾ ਫੱਦਰ ਲਗਾਤਾਰ ਵੇਠਾ ਜਾ ਰਿਹਾ ਹੈ ਕਿਵੇਂ ਭਾਰਤ ਦੀ ਬ੍ਰੈਡ ਬਾਸਕਟ ਕਹੇ ਜਾਣ ਵਾਲੇ ਪੰਜਾਬ ਨੂੰ ਇੱਕ ਹਰੀ ਕ੍ਰਾਂਤੀ ਦੇ ਨਾਂ ਤੋਂ ਆਈ ਬਿਮਾਰੀ ਨੇ ਬਿਲਕੁਲ ਤਬਾਹ ਕਰਕੇ ਰੱਖਤਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਪੰਜਾਬ ਨੂੰ ਬਚਾਉਣ ਦੇ ਲਈ ਕਿਹੜੇ-ਕਿਹੜੇ ਉਪਰਾਲੇ ਕਰਨੇ ਚਾਹੀਦੇ ਆ ਤੇ ਕਿਉਂ ਇਹ ਜਿਹੜਾ ਹਰੀ ਕ੍ਰਾਂਤੀ ਦੇ ਨਾਂ ਤੇ ਪੰਜਾਬ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਗਿਆ ਇਹਨੂੰ ਖਤਮ ਕਰਨ ਦੀ ਜ਼ਰੂਰਤ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਸੇ ਹੀ ਟਾਪਿਕ ਦੇ ਉੱਪਰ ਗੱਲ ਕਰਾਂਗੇ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਕਿਉਂ ਲਿਆਂਦੀ ਗਈ ਤੇ ਕਿਉਂ ਪੰਜਾਬ ਨੂੰ ਇੱਕ ਐਕਸਪੈਰੀਮੈਂਟਲ ਸਟੇਟ ਬਣਾਇਆ ਗਿਆ ਇਦੇ ਬਾਰੇ ਤਾਂ ਆਪਾਂ ਤੁਹਾਨੂੰ ਆਪਣੀ ਇਸ ਵੀਡੀਓ ਦੇ ਵਿੱਚ ਦੱਸਤਾ ਸੀਗਾ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਦੇ ਮਾੜੇ ਪ੍ਰਭਾਵਾਂ ਦੀ ਗੱਲ ਕਰਦੇ ਆ ਕਿ ਕਿਸ ਤਰੀਕੇ ਪੰਜਾਬ ਨੂੰ ਹਰੀ ਕ੍ਰਾਂਤੀ ਨੇ ਤਬਾਹ ਕੀਤਾ ਤਾਂ ਸਭ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਹਾਈ ਈਲਡ ਯਾਨੀ ਕਿ ਵੱਧ ਝਾੜ ਦੇਣ ਵਾਲੀਆਂ ਫਸਲਾਂ ਨੂੰ ਇੰਟਰਡਿਊਸ ਕੀਤਾ ਗਿਆ ਨਾ ਤਾਂ ਇਨ੍ਹਾਂ ਬੀਆਂ ਨੇ ਜਿਹੜੇ ਹਰੀ ਕ੍ਰਾਂਤੀ ਦੇ ਇਹ ਬੀਜ ਆਏ ਸੀ ਤਾਂ ਇਨ੍ਹਾਂ ਨੇ ਹੌਲੀ-ਹੌਲੀ ਕਰਕੇ ਪੰਜਾਬ ਦੀ ਜਿਹੜੀ ਉਪਜਾਊ ਧਰਤੀ ਸੀ ਉਹਦੀ ਉਪਜਾਊ ਸ਼ਕਤੀ ਹੀ ਖਤਮ ਕਰਤੀ ਪਰ ਹੁਣ ਤੁਸੀਂ ਕਹੋਗੇ ਕਿ ਕੁਝ ਕ ਬੀਜ ਜਿਹੜੇ ਵੱਧ ਛਾੜਦੇ ਨਾਲੇ ਸੀਗੇ ਜਦੋਂ ਉਹ ਪੰਜਾਬ ਦੇ ਵਿੱਚ ਬੀਜਨੇ ਸ਼ੁਰੂ ਕੀਤੇ ਤਾਂ ਇਹਦੇ ਨਾਲ ਧਰਤੀ ਦੀ ਉਪਜਾਊ ਸ਼ਕਤੀ ਕਿਵੇਂ ਖਤਮ ਹੋ ਜੂਗੀ ਤਾਂ ਆਜੋ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਤਾਂ ਸਭ ਤੋਂ ਪਹਿਲਾਂ ਮੰਨ ਲਓ ਕਿ ਆਹ ਇੱਕ ਕਣਕ ਦਾ ਬੂਟਾ ਜਿਹਦੇ ਉੱਪਰ ਸਿੱਟੇ ਲੱਗੇ ਹੋਇਆ ਮਿਡਲ ਦੇ ਵਿੱਚ ਸਟੈਮ ਆ ਤੇ ਬਾਟਮ ਤੇ ਇਹਦੇ ਜੜਾਂ ਨੇ ਸੋ ਆਪਾਂ ਜੇਕਰ ਆਪਣੇ ਦਾਦਿਆਂ ਪਰਦਾਦਿਆਂ ਦੇ ਵੇਲੇ ਦੀ ਖੇਤੀ ਦੀ ਗੱਲ ਕਰੀਏ ਨਾ ਤਾ ਉਸ ਸਮੇਂ ਜਿਹੜੀ ਇਹ ਖੇਤੀ ਹੁੰਦੀ ਸੀ ਇਹਦੇ ਵਿੱਚ ਜਿਹੜੇ ਇਹ ਸਿੱਟੇ ਹੁੰਦੇ ਸੀ ਅਨਾਜ ਇਹਨੂੰ ਤਾਂ ਇਨਸਾਨ ਖਾ ਲੈਂਦੇ ਸੀ ਤੇ ਜਿਹੜਾ ਆਹ ਸਟੈਮ ਵਾਲਾ ਹਿੱਸਾ ਬਚਦਾ ਸੀ ਇਹਦੀ ਤੂੜੀ ਬਣਾ ਕੇ ਪਸ਼ੂਆਂ ਨੂੰ ਪਾ ਦਿੱਤੀ ਜਾਂਦੀ ਸੀ ਉਸ ਸਮੇਂ ਹਰ ਘਰ ਦੇ ਵਿੱਚ ਪਸ਼ੂ ਹੁੰਦੇ ਸੀ ਤੇ ਜਿਹੜਾ ਇਹ ਸਟੈਮ ਵਾਲਾ ਹਿੱਸਾ ਉਹ ਜਦੋਂ ਪਸ਼ੂਆਂ ਨੂੰ ਪਾਇਆ ਜਾਂਦਾ ਸੀਗਾ ਤਾਂ ਇਹ ਸਟੈਮ ਪਸ਼ੂ ਖਾ ਕੇ ਇੱਕ ਤਰ੍ਹਾਂ ਦਾ ਢਿੱਡ ਭਰਦੇ ਸੀ ਤੇ ਦੂਜਾ ਕਿਸਾਨਾਂ ਨੂੰ ਦੁੱਧ ਦਿੰਦੇ ਸੀ ਤੇ ਇਹਦੇ ਤੋਂ ਇਲਾਵਾ ਜਦੋਂ ਇਹ ਪਸ਼ੂ ਗੋਆ ਕਰਦੇ ਸੀ ਇਹਨਾਂ ਸਟੈਮਸ ਨੂੰ ਖਾ ਕੇ ਤਾਂ ਉਹ ਜਿਹੜਾ ਗੋਆ ਹੁੰਦਾ ਸੀ ਉਹਨੂੰ ਆਪਾਂ ਐਜ਼ ਏ ਖਾਦ ਐਜ਼ ਏ ਰੇ ਦੇ ਵਜੋਂ ਆਪਣੇ ਖੇਤਾਂ ਦੇ ਵਿੱਚ ਵਾਪਸ ਪਾ ਲੈਂਦੇ ਸੀਗੇ ਜਾਨੀ ਕਿ ਇੱਕ ਸਰਕਲ ਚੱਲਦਾ ਆ ਰਿਹਾ ਸੀਗਾ ਕਿ ਕਿਸਾਨ ਨੇ ਫਸਲ ਵੀਜੀ ਉਹਦੇ ਜਿਹੜੇ ਸਿੱਟੇ ਸੀਗੇ ਉਹ ਤਾਂ ਕਿਸਾਨ ਨੇ ਆਪਦੇ ਖਾਣ ਦੇ ਲਈ ਤੇ ਜਿਹੜਾ ਬਾਕੀ ਹਿੱਸਾ ਬਚਿਆ ਸੀ ਉਹਨੂੰ ਕੁੱਤਰ ਕੇ ਵੱਢ ਕੇ ਉਹਨੂੰ ਪਸ਼ੂਆਂ ਨੂੰ ਪਾਤਾ ਤੇ ਗੋਹਾ ਬਣਿਆ ਜਿਹੜਾ ਉਹਨੂੰ ਫਿਰ ਲੈ ਆ ਕੇ ਆਪਣੇ ਖੇਤਾਂ ਦੇ ਵਿੱਚ ਪਾਤਾ ਇਸ ਤਰੀਕੇ ਦਾ ਜਿਹੜਾ ਸਰਕਲ ਸੀ ਇਹਨੂੰ ਹਰੀ ਕ੍ਰਾਂਤੀ ਨੇ ਸਭ ਤੋਂ ਪਹਿਲਾਂ ਤੋੜਿਆ ਕਿਉਂਕਿ ਜਦੋਂ ਇਹਨਾਂ ਨੇ ਹਾਈ ੀਲਡ ਵਾਲੀਆਂ ਵੈਰਾਈਟੀਆਂ ਲੈ ਕੇ ਆਂਦੀਆਂ ਤਾਂ ਇਹਦੇ ਵਿੱਚ ਜਿਹੜਾ ਉਹ ਛਿੱਟੇ ਦਾ ਸਾਈਜ਼ ਸੀਗਾ ਉਹਦਾ ਸਾਈਜ਼ ਵੱਡਾ ਕਰਤਾ ਪਰ ਜਿਹੜਾ ਸਟੈਮ ਵਾਲਾ ਹਿੱਸਾ ਸੀਗਾ ਉਹਦਾ ਸਾਈਜ਼ ਜਿਹੜਾ ਉਹ ਛੋਟਾ ਕਰਤਾ ਇਸੇ ਗੱਲ ਕਰਕੇ ਵੱਧ ਝਾੜ ਦੇਣ ਵਾਲੀਆਂ ਜਿਹੜੀਆਂ ਇਹ ਵੈਰਾਈਟੀ ਸੀ ਇਹਨਾਂ ਨੂੰ ਡਵਾਰਫ ਵੈਰਾਈਟੀਆਂ ਵੀ ਕਿਹਾ ਜਾਂਦਾ ਸ਼ਾਰਟ ਟਰਮ ਦੇ ਲਈ ਕਿਸਾਨਾਂ ਨੇ ਇਹ ਵੈਰੈਟੀਆਂ ਵੀ ਜੀਆਂ ਆਪਦੇ ਖੇਤਾਂ ਦੇ ਵਿੱਚ ਉਹਨਾਂ ਨੂੰ ਫਾਇਦਾ ਜ਼ਰੂਰ ਹੋਇਆ ਪਰ ਅੱਗੇ ਜਾ ਕੇ ਇਹਦਾ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਜਿਹੜਾ ਆਪਾਂ ਤੁਹਾਨੂੰ ਸਰਕਲ ਦੱਸਿਆ ਸੀ ਕਿ ਸਦੀਆਂ ਤੋਂ ਚੱਲਦਾ ਆ ਰਿਹਾ ਸੀਗਾ ਉਸ ਸਰਕਲ ਨੂੰ ਇਸ ਚੀਜ਼ ਨੇ ਖਤਮ ਕਰਤਾ ਕਿਉਂਕਿ ਜਿਹੜੀਆਂ ਇਹ ਡਵਾਰਫ ਵੈਰੈਟੀ ਸੀ ਇਹਨਾਂ ਦਾ ਕੱਦ ਛੋਟਾ ਹੁੰਦਾ ਸੀਗਾ ਤਾ ਕਰਕੇ ਜਿਹੜਾ ਇਹਨਾਂ ਦਾ ਸਟੈਮੂਲਾ ਸਾਈਜ਼ ਘਟਨ ਕਰਕੇ ਜਿਹੜਾ ਪਸ਼ੂਆਂ ਦੇ ਲਈ ਚਾਰਾ ਪੈਦਾ ਕੀਤਾ ਜਾ ਰਿਹਾ ਸੀ ਤੂੜੀ ਪੈਦਾ ਕੀਤੀ ਜਾ ਰਹੀ ਸੀਗੀ ਉਹ ਇਹਨਾਂ ਹਾਈ ਯੀਲਡ ਵੈਰਾਈਟੀਆਂ ਦੇ ਆਉਣ ਦੇ ਕਰਕੇ ਉਹਨਾਂ ਦੀ ਪ੍ਰੋਡਕਸ਼ਨ ਘਟ ਗਈ ਤੇ ਪਸ਼ੂਆਂ ਦੇ ਲਈ ਜਿਹੜਾ ਚਾਰਾ ਸੀਗਾ ਉਹ ਮਹਿੰਗਾ ਹੋਣ ਲੱਗ ਗਿਆ ਪਸ਼ੂਆਂ ਦੀ ਤੂੜੀ ਮਹਿੰਗੀ ਹੋਣ ਲੱਗ ਗਈ ਜਿਹਦੇ ਕਰਕੇ ਜਿਹੜਾ ਪਸ਼ੂ ਪਾਲਣ ਵਾਲਾ ਕੀਤਾ ਸੀ ਨਾ ਉਹ ਹੌਲੀ-ਹੌਲੀ ਕਰਕੇ ਮਹਿੰਗਾ ਹੋਣ ਲੱਗ ਗਿਆ ਤੇ ਜਿਹਦੇ ਕਰਕੇ ਕਿਸਾਨ ਪਸ਼ੂ ਪਾਲਣ ਵਾਲੇ ਕਿਤੇ ਦੇ ਵਿੱਚੋਂ ਕੰਨੀ ਕਿਤਰੌਣ ਲੱਗ ਗਏ ਕਿਸਾਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਜੇਕਰ ਉਹਨਾਂ ਨੂੰ ਬਚਦਾ ਹੀ ਕੁਛ ਨਹੀਂ ਉਹਨਾਂ ਨੇ ਪਸ਼ੂ ਕਿਉਂ ਪਾਲਨੇ ਉਹ ਇੱਕ ਦੋ ਪਸ਼ੂ ਰੱਖਣ ਲੱਗ ਗਏ ਆਪਦੇ ਘਰੇ ਦੁੱਧ ਪੀਣ ਜੋਗਾ ਇਹਦੇ ਤੋਂ ਇਲਾਵਾ ਜਦੋਂ ਹਰੀ ਕ੍ਰਾਂਤੀ ਦੇ ਕਾਰਨਾਂ ਖੇਤੀ ਦੇ ਵਿੱਚ ਵੀ ਮਸ਼ੀਨੀਕਰਨ ਹੋਇਆ ਟਰੈਕਟਰ ਆ ਗਏ ਕੰਬਾਈਨਾਂ ਆ ਗਈਆਂ ਤਾਂ ਉਹਦੇ ਕਰਕੇ ਜਿਹੜੇ ਪਸ਼ੂ ਇਹ ਖੇਤੀ ਦੇ ਵਿੱਚ ਯੂਜ਼ ਕਰਦੇ ਸੀ ਉਹਨਾਂ ਦਾ ਵੀ ਹੁਣ ਖੇਤੀ ਦੇ ਵਿੱਚ ਯੂਜ਼ ਨਹੀਂ ਰਹਿ ਜਾਂਦਾਗਾ ਤਾਂ ਕਰਕੇ ਪਸ਼ੂਆਂ ਦੀ ਜਿਹੜੀ ਗਿਣਤੀ ਸੀ ਉਹ ਕਿਸਾਨਾਂ ਦੇ ਘਰਾਂ ਦੇ ਵਿੱਚੋਂ ਲਗਾਤਾਰ ਘਟਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਚਾਰਾ ਸੀ ਉਹ ਇਹਨਾਂ ਨੂੰ ਕਾਫੀ ਮਹਿੰਗਾ ਪੈ ਰਿਹਾ ਸੀਗਾ ਜਿਹਦੇ ਕਰਕੇ ਜਿਹੜਾ ਉਹ ਸਰਕਲ ਸੀ ਉਹ ਟੁੱਟ ਜਾਂਦਾ ਉਹ ਸਰਕਲ ਟੋਟਮ ਦੇ ਕਾਰਨ ਹੌਲੀ-ਹੌਲੀ ਧਰਤੀ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਖਤਮ ਹੋਣ ਲੱਗ ਜਾਂਦੀ ਆ ਪਰ ਇਹ ਜਿਹੜੇ ਕਿਸਾਨ ਸੀ ਇਹ ਹਰੀ ਕ੍ਰਾਂਤੀ ਦੇ ਟਰੈਪ ਦੇ ਵਿੱਚ ਇੰਨੇ ਕ ਕਸੂਤੇ ਫਸ ਗਏ ਸੀ ਕਿ ਹੁਣ ਇਹਨਾਂ ਨੂੰ ਆਪਣੀਆਂ ਫਸਲਾਂ ਤੋਂ ਜ਼ਿਆਦਾ ਝਾੜ ਲੈਣ ਦੇ ਲਈ ਅਲੱਗ ਤੋਂ ਫਰਟੀਲਾਈਜ਼ਰ ਲਿਆ ਕੇ ਖੇਤਾਂ ਦੇ ਵਿੱਚ ਪਾਉਣੇ ਪੈਂਦੇ ਸੀ ਜਿਹੜੇ ਕਿ ਬਹੁਤ ਮਹਿੰਗੇ ਸੀ ਤੇ ਫਿਰ ਸਰਕਾਰ ਨੇ ਵੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਹਨਾਂ ਸਾਰੇ ਫਰਟੀਲਾਈਜ਼ਰਸ ਦੇ ਉੱਪਰ ਬਹੁਤ ਵੱਡੇ ਲੈਵਲ ਤੇ ਸਬਸਿਡੀਆਂ ਦੇਣੀਆਂ ਸ਼ੁਰੂ ਕਰਤੀਆਂ ਖਾਸ ਕਰਕੇ ਯੂਰੀਆ ਦੇ ਉੱਪਰ ਭਾਰਤ ਦੇ ਵਿੱਚ ਸਭ ਤੋਂ ਵੱਧ ਸਬਸਿਡੀ ਦਿੱਤੀ ਜਾਂਦੇ ਸੀਗੀ ਤੇ ਜਦੋਂ ਹੀ ਕਿਸਾਨਾਂ ਨੂੰ ਸਸਤਾ ਫਰਟੀਲਾਈਜ਼ਰ ਫਿਰ ਮਿਲਣ ਲੱਗ ਗਿਆ ਤਾਂ ਉਹਨਾਂ ਨੇ ਲਗਾਤਾਰ ਫਿਰ ਇਹਦਾ ਓਵਰ ਯੂਜ਼ ਕਰਨਾ ਸ਼ੁਰੂ ਕਰਤਾ ਜਿਹਦੇ ਕਰਕੇ ਜਦੋਂ ਹੀ ਜ਼ਮੀਨ ਦੇ ਵਿੱਚ ਓਵਰ ਯੂਜ਼ ਕਰਕੇ ਯੂਰੀਆ ਪਾਈ ਜਾਣ ਲੱਗੀ ਜਾਂ ਕੋਈ ਹੋਰ ਫਰਟੀਲਾਈਜ਼ਰ ਪਾਇਆ ਜਾਣ ਲੱਗ ਗਿਆ ਉਹਦੇ ਨਾਲ ਧਰਤੀ ਦੀ ਉਪਜਾਊ ਸ਼ਕਤੀ ਹੋਰ ਘਟਣ ਲੱਗ ਗਈ ਤੇ ਕਿਸਾਨਾਂ ਨੂੰ ਹੋਰ ਜ਼ਿਆਦਾ ਫਰਟੀਲਾਈਜ਼ਰ ਪਾਉਣੇ ਪਏ ਤਾਂ ਕਰਕੇ ਲਗਾਤਾਰ ਇਹ ਜਿਹੜਾ ਫਰਟੀਲਾਈਜ਼ਰ ਦਾ ਯੂਜ਼ ਆ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਓਵਰ ਯੂਜ਼ ਹੁੰਦਾ ਆ ਰਿਹਾ ਜਾਂ ਜਦੋਂ ਹੀ ਇਹ ਖਾਦ ਪੋਣੀ ਥੱਲੇ ਸ਼ੁਰੂ ਕੀਤੀ ਆ ਉਹਦੇ ਨਾਲ ਹੀ ਮਿੱਟੀ ਦੀ ਉਪਜ ਜਿਹੜੀ ਉੱਗਣੀ ਸ਼ੁਰੂ ਹੋ ਗਈ ਆ ਤੇ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਚਾਰਟ ਤੋਂ ਲਾ ਸਕਦੇ ਆ ਜਿੱਥੇ ਸਾਲ 1970 ਦੇ ਵਿੱਚ 1 ਕਿਲੋ ਫਰਟੀਲਾਈਜ਼ਰ ਪਾਉਣ ਦੇ ਨਾਲ ਨਾ ਤਕਰੀਬਨ 13.4 ਕਿਲੋ ਅਨਾਜ ਪੈਦਾ ਹੁੰਦਾ ਸੀ ਉੱਥੇ ਹੀ ਸਾਲ 2005 ਦੇ ਆਉਣ ਤੱਕ 1 ਕਿਲੋ ਫਰਟੀਲਾਈਜ਼ਰ ਦੇ ਨਾਲ ਸਿਰਫ 3.7 ਕਿਲੋ ਅਨਾਜ ਪੈਦਾ ਕੀਤਾ ਜਾ ਰਿਹਾ ਤੇ ਇਸੇ ਹੀ ਗੱਲ ਦੇ ਕਰਕੇ ਪੰਜਾਬ ਦੇ ਵਿੱਚ ਜਿਹੜੀ ਇਹ ਫਰਟੀਲਾਈਜ਼ਰਸ ਦੀ ਖਪਤਾ ਉਹ ਲਗਾਤਾਰ ਵੱਧਦੀ ਜਾ ਰਹੀ ਆ ਤੇ ਇਸ ਗੱਲ ਦਾ ਪਤਾ ਪੰਜਾਬ ਦੇ ਕਿਸਾਨਾਂ ਨੂੰ ਵੀ ਆ ਪਰ ਉਹ ਮਜਬੂਰ ਆ ਉਹਨਾਂ ਨੂੰ ਮਜਬੂਰੀ ਦੇ ਵਿੱਚ ਇਹ ਸਾਰੇ ਫਰਟੀਲਾਈਜ਼ਰ ਪਾਉਣੇ ਪੈਂਦੇ ਆ ਅੱਬ ਕੀ ਆ ਹੁਆ ਹਮ ਬਦੇਸੀ ਖਾਦ ਤੇ ਬਿਨਾ ਫਸਲ ਨਹੀਂ ਹੋਗੀ ਤੇ ਜਿੰਨੇ ਵੀ ਇਹ ਫਰਟੀਲਾਈਜ਼ਰ ਜਾਂ ਕੈਮੀਕਲ ਕਿਸਾਨ ਆਪਦੇ ਖੇਤਾਂ ਦੇ ਵਿੱਚ ਪਾ ਰਿਆ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਲਈ ਤਾਂ ਇਹ ਜਿਹੜੇ ਫਰਟੀਲਾਈਜ਼ਰ ਆ ਇੱਕ ਤਾਂ ਇਹ ਧਰਤੀ ਨੂੰ ਪ੍ਰਦੂਸ਼ਿਤ ਕਰਦੇ ਆ ਦੂਜਾ ਇਹ ਹਵਾ ਨੂੰ ਵੀ ਗੰਦਲਾ ਕਰਦੇ ਆ ਤੇ ਤੀਜਾ ਇਹ ਧਰਤੀ ਦੇ ਗਰਾਊਂਡ ਵਾਟਰ ਦੇ ਨਾਲ ਮਿਕਸ ਹੋ ਕੇ ਧਰਤੀ ਦੇ ਹੇਠਲਾ ਜਿਹੜਾ ਪਾਣੀ ਆ ਉਹਨੂੰ ਵੀ ਗੰਦਲਾ ਕਰ ਰਹੇ ਆ ਆਹ ਪੰਜਾਬ ਦੇ ਮੈਪ ਤੇ ਦੇਖਿਓ ਕਿ ਆਈਡਲੀ ਦਾ ਪਾਣੀ ਦੇ ਵਿੱਚ ਜਿਹੜੀ ਨਾਈਟ੍ਰੇਟ ਦੀ ਮਾਤਰਾ ਉਹੋ 45 ਮਿਲੀਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਹੋਣੀ ਚਾਹੀਦੀ ਆ ਪਰ ਮਾਲਵਾ ਬੈਲਟ ਦੇ ਕਈ ਹਲਕੇ ਅਜਿਹੇ ਆ ਜਿਨ੍ਹਾਂ ਦੇ ਵਿੱਚ ਨਾਈਟ੍ਰੇਟ 100 ਮਿਲੀਲੀਟਰ ਤੋਂ ਵੀ ਜ਼ਿਆਦਾ ਆ ਜਿਦੇ ਕਰਕੇ ਪੰਜਾਬ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਉਹ ਘਰ-ਘਰ ਦੇ ਵਿੱਚ ਪਹੁੰਚ ਚੁੱਕੀਆਂ ਨੇ ਤੇ ਹਰ ਘਰ ਦੇ ਵਿੱਚ ਹੁਣ ਤੁਹਾਨੂੰ ਇੱਕ ਕੈਂਸਰ ਪੇਸ਼ੈਂਟ ਮਿਲ ਜਾਊਗਾ ਤੇ ਇਹੇ ਪ੍ਰੋਬਲਮ ਕੋਈ ਅੱਜ ਨਹੀਂ ਆਏਗੀ ਜਦੋਂ ਸਾਲ 1965 ਛਾੜ ਦੇ ਵਿੱਚ ਹਰੀ ਕ੍ਰਾਂਤੀ ਆਈ ਹੈ ਨਾ ਤਾਂ ਉਹਦੇ 10-12 ਸਾਲਾਂ ਬਾਅਦ ਹੀ ਸਾਲ 1978 ਦੇ ਵਿੱਚ ਸਾਇੰਟਿਸਟਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਕਿ ਪੰਜਾਬ ਇੱਕ ਵੱਡੀ ਪ੍ਰੋਬਲਮ ਨੂੰ ਫੇਸ ਕਰਨ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਪਰ ਸਰਕਾਰਾਂ ਨੇ ਲੋਕਾਂ ਨੂੰ ਇਸ ਗੱਲ ਦੇ ਲਈ آگਾਹ ਨਹੀਂ ਕੀਤਾ ਸਾਲ 1978 ਦੇ ਵਿੱਚ ਕਣਕ ਦੇ ਆਟੇ ਦੇ ਉੱਪਰ ਪੰਜਾਬ ਦੇ ਵਿੱਚ ਇੱਕ ਸਟੱਡੀ ਕੀਤੀ ਜਾਂਦੀ ਆ ਜਿਹਦੇ ਵਿੱਚ ਜਲੰਧਰ ਪਟਿਆਲਾ ਸੰਗਰੂਰ ਲੁਧਿਆਣਾ ਫਰੀਦਕੋਟ ਅੰਮ੍ਰਿਤਸਰ ਤੇ ਚੰਡੀਗੜ੍ਹ ਵਰਗੇ ਪੰਜਾਬ ਦੇ ਇਹਨਾਂ 7 ਸ਼ਹਿਰਾਂ ਦੇ ਵਿੱਚੋਂ 140 ਆਟੇ ਦੇ ਸੈਂਪਲ ਲਈ ਗਏ ਜਿਨ੍ਹਾਂ ਦੇ ਵਿੱਚੋਂ 124 ਸੈਂਪਲਾਂ ਦੇ ਵਿੱਚ ਡੀ 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 ਮਿਲੀ ਹੋਈ ਤੇ 116 ਸੈਂਪਲਸ ਦੇ ਵਿੱਚ ਐਚਸੀਐਚ ਵਰਗੇ ਖਤਰਨਾਕ ਕੈਮੀਕਲ ਮਿਲੇ ਹੋਏ ਸੀਗੇ ਤੇ ਇਹਦੇ ਤੋਂ ਇਲਾਵਾ ਪੰਜਾਬ ਦੀਆਂ ਮਾਵਾਂ ਦੇ ਦੁੱਧ ਦੇ ਵਿੱਚੋਂ ਵੀ ਰਿਸਰਚਰਸ ਨੂੰ ਡੀਡੀਟੀ ਦੇ ਸੈਂਪਲ ਮਿਲੇ ਆ ਜਿਨ੍ਹਾਂ ਦੇ ਵਿੱਚ ਤਕਰੀਬਨ ਐਵਰੇਜ ਤੋਂ 18 ਗੁਣਾ ਜ਼ਿਆਦਾ ਡੀਡੀਟੀ ਮਿਲਿਆ ਸੋ ਜਾਨੀ ਕਿ ਨਵੇਂ ਜੰਮਦੇ ਜਵਾਕਾਂ ਦੇ ਖੂਨ ਦੇ ਵਿੱਚ ਹੀ ਰੇਹਾਂ ਸਪਰੇਹਾਂ ਪਾਤੀਆਂ ਇਸ ਹਰੀ ਕ੍ਰਾਂਤੀ ਨੇ ਜਿਹਦਾ ਨਤੀਜਾ ਅੱਜ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਨਾਲੋਂ ਵੱਧ ਕੈਂਸਰ ਰੇਟ ਆ ਜਿੱਥੇ ਭਾਰਤ ਦੇ ਵਿੱਚ 1 ਲੱਖ ਬੰਦੇ ਦੇ ਮਗਰ ਸਿਰਫ 80 ਕੈਂਸਰ ਪੇਸ਼ੈਂਟ ਉੱਥੇ ਕੱਲੇ ਪੰਜਾਬ ਦੇ ਵਿੱਚ ਇਹ ਜਿਹੜਾ ਕੈਂਸਰ ਰੇਟ ਆ ਇਹ 90 ਕੈਂਸਰ ਪੇਸ਼ੈਂਟ ਆ ਹਰ ਇੱਕ 1 ਲੱਖ ਬੰਦੇ ਦੇ ਵਿੱਚ ਇਹ ਤਾਂ ਗੱਲ ਹੋਈ ਕਿ ਕਿਸ ਤਰੀਕੇ ਜਦੋਂ ਧਰਤੀ ਦੀ ਉਪਜਾਊ ਸ਼ਕਤੀ ਘਟੀ ਤਾਂ ਲੋਕਾਂ ਨੇ ਉਸ ਉਪਜਾਊ ਸ਼ਕਤੀ ਨੂੰ ਮੈਂਟੇਨ ਕਰਨ ਦੇ ਲਈ ਜ਼ਿਆਦਾ ਫਰਟੀਲਾਈਜ਼ਰ ਪਾਉਣੇ ਸ਼ੁਰੂ ਕੀਤੇ ਤੇ ਜਿਹਦੇ ਕਰਕੇ ਪੰਜਾਬ ਦਾ ਜਿਹੜਾ ਪਾਣੀ ਆ ਉਹ ਗੰਦਲਾ ਹੋ ਗਿਆ ਪੰਜਾਬ ਦੀ ਜਿਹੜੀ ਧਰਤੀ ਆ ਉਹ ਗੰਦਲੀ ਹੋ ਗਈ ਤੇ ਪੰਜਾਬ ਦੀ ਜਿਹੜੀ ਹਵਾ ਉਹ ਗੰਦਲੀ ਹੋ ਗਈ ਪਰ ਇਹਦੇ ਤੋਂ ਇਲਾਵਾ ਵੀ ਜਿਹੜੀ ਇਹ ਹਰੀ ਕ੍ਰਾਂਤੀ ਆ ਨਾ ਇਹਨੇ ਆਉਣ ਵਾਲੇ ਅਗਲੇ 15 ਤੋਂ 20 ਸਾਲਾਂ ਦੇ ਵਿੱਚ ਪਾਣੀਆਂ ਦੀ ਤਰਤੀ ਪੰਜਾਬ ਨੂੰ ਮਾਰੂਥਲ ਬਣਾ ਦੇਣਾ ਜਿੱਥੇ ਹਾਈ ੀਲਡ ਵੈਰਾਈਟੀਆਂ ਦਾ ਜੋ ਝਾੜ ਆ ਉਹ ਦੇਸੀ ਵੈਰਾਈਟੀਆਂ ਦੇ ਨਾਲੋਂ ਆਪਾਂ ਮੰਨਦੇ ਆ ਕਿ ਉਹ ਵੱਧ ਆ ਪਰ ਇਨ੍ਹਾਂ ਹਾਈ ੀਲਡ ਵੈਰਾਈਟੀਆਂ ਨੂੰ ਪੈਦਾ ਕਰਨ ਦੇ ਲਈ ਪਾਣੀ ਦੀ ਜਿਹੜੀ ਖਪਤ ਆ ਉਹ ਵੀ ਬਹੁਤ ਜ਼ਿਆਦਾ ਆ ਜਿੱਥੇ ਦੇਸੀ ਵੈਰਾਈਟੀਆਂ ਦੇ ਲਈ ਤਕਰੀਬਨ 500 ਲੀਟਰ ਪਾਣੀ ਦੇ ਨਾਲ 1 ਕਿਲੋ ਅਨਾਜ ਪੈਦਾ ਕੀਤਾ ਜਾਂਦਾ ਸੀ ਉੱਥੇ ਹੀ ਖਰੀ ਕ੍ਰਾਂਤੀ ਤੋਂ ਬਾਅਦ 1 ਕਿਲੋ ਕਣਕ ਜਾਂ ਝੋਨਾ ਪੈਦਾ ਕਰਨ ਦੇ ਲਈ ਤਕਰੀਬਨ 3000 ਤੋਂ ਲੈ ਕੇ 5000 ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਆ ਜਿਹਦੇ ਕਰਕੇ ਇੱਕ ਤਾਂ ਰੀਚਾਰਜ ਰੇਟ ਘਟ ਹੋਣ ਦੇ ਕਰਕੇ ਤੇ ਇੱਕ ਲਗਾਤਾਰ ਵੱਡੇ ਲੈਵਲ ਦੇ ਉੱਪਰ ਧਰਤੀ ਦੇ ਵਿੱਚੋਂ ਪਾਣੀ ਕੱਢਿਆ ਜਾਣ ਦੇ ਕਰਕੇ ਪੰਜਾਬ ਦੀ ਧਰਤੀ ਦਾ ਜਿਹੜਾ ਪਾਣੀ ਆ ਉਹ ਲਗਾਤਾਰ ਥੱਲੇ ਵੱਲ ਜਾ ਰਿਹਾ ਤੇ ਆਉਣ ਵਾਲੇ ਅਗਲੇ 15 ਸਾਲਾਂ ਬਾਅਦ ਇਹ ਗੱਲ ਕਹੀ ਜਾ ਰਹੀ ਹੈ ਕਿ 300 ਮੀਟਰ ਤੱਕ ਪੰਜਾਬ ਦੀ ਧਰਤੀ ਦਾ ਜਿਹੜਾ ਪਾਣੀ ਆ ਉਹ ਚਲਾ ਜਾਊਗਾ ਤੇ ਆਉਣ ਵਾਲੇ ਅਗਲੇ 22 ਸਾਲਾਂ ਬਾਅਦ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਪਰ ਤੁਹਾਨੂੰ ਧਰਤੀ ਹੇਠਲਾ ਪਾਣੀ ਨਹੀਂ ਮਿਲਣਾਗਾ ਤੇ ਇਹਦੇ ਤੋਂ ਇਲਾਵਾ ਸਰਕਾਰਾਂ ਨੇ ਵੀ ਨਾ ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜਾ ਨਹਿਰਾਂ ਦੇ ਉੱਪਰ ਕੋਈ ਵੀ ਕੰਮ ਨਹੀਂ ਕੀਤਾ ਜਿਹੜਾ ਨਹਿਰੀ ਪਾਣੀ ਪਹਿਲਾਂ ਪੰਜਾਬ ਦੇ ਹਰ ਇੱਕ ਖੇਤ ਤੱਕ ਪਹੁੰਚ ਰਿਹਾ ਸੀਗਾ ਹੁਣ ਬਹੁਤ ਪੰਜਾਬ ਦੇ ਵਿੱਚ ਖੇਤ ਅਜਿਹੇ ਆ ਜਿਨ੍ਹਾਂ ਨੂੰ ਸਿਰਫ ਟਿਊਬਵੈਲ ਦਾ ਪਾਣੀ ਲੱਗਦਾ ਯਾਨੀ ਕਿ ਧਰਤੀ ਦੇ ਹੇਠੋਂ ਪਾਣੀ ਕੱਢ ਕੇ ਉਹੀ ਖੇਤਾਂ ਦੇ ਵਿੱਚ ਲਗਾਇਆ ਜਾ ਰਿਹਾ ਖਾਲ ਤੇ ਇੱਕ ਨੌ ਦਾ ਖਾਰ ਰਹਿ ਗਿਆ ਉਹਦੇ ਵਿੱਚ ਕਿਤੇ ਨਹੀਂ ਕੁਝ ਨਹੀਂ ਆਉਂਦਾ ਤੇ ਖੱਬੜ ਕਾ ਉਗ ਗਿਆ ਪਿਆਗਾ ਤੇ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਹਦੇ ਤੋਂ ਲਾ ਸਕਦੇ ਆ ਕਿ ਜਿੱਥੇ ਸਾਲ 1966 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਿਰਫ 41% ਟਿਊਬਵੈਲਜ਼ ਦੇ ਨਾਲ ਖੇਤੀ ਹੁੰਦੀ ਸੀ ਉੱਥੇ ਹੀ ਸਾਲ 2019 ਦੇ ਆਉਣ ਤੱਕ ਇਹ ਵਧ ਕੇ 71% ਹੋ ਗਈ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਤਕਰੀਬਨ 30% ਵਾਧਾ ਆਇਆ ਟਿਊਬਵੈਲਜ਼ ਦੇ ਵਿੱਚ ਇਹ ਹਰੀ ਕ੍ਰਾਂਤੀ ਦੇ ਆਉਣ ਦੇ ਕਾਰਨ ਜਿਹਦੇ ਕਰਕੇ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਲਗਾਤਾਰ ਥੱਲੇ ਵੱਲ ਨੂੰ ਜਾ ਰਿਹਾ ਜਿੱਦੇ ਸੌਂਚ ਕਿਸੇ 21% ਤੇ ਸੀ ਹੁਣ 95% ਨਹਿਰੀ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਜਾਂਦਾ ਉਹ ਜਿੱਦਾਂ 70 ਹੋ ਗਿਆ ਅਕਤੂਬਰ ਚ ਹੋ ਜੂਗਾ ਇਸ ਇਸ ਸੀਜ਼ਨ ਦੇ ਐਂਡ ਤੱਕ ਚੋਣੇ ਦੇ ਸੀਜ਼ਨ ਦੇ ਐਂਡ ਤੱਕ 70% ਹੋ ਜੂ ਉਹਦੇ ਨਾਲ ਪੰਜਾਬ ਚ 14.5 ਲੱਖ ਟਿਊਬਵੈਲ ਨੇ ਉਹ ਚੋ 6 ਲੱਖ ਟਿਊਬਵੈਲ ਦੇ ਲਗਭਗ ਬੰਦ ਹੋ ਜਾਣਗੇ ਕਿਉਂਕਿ ਨਹਿਰ ਦਾ ਪਾਣੀ ਆ ਗਿਆ ਖੇਤ ਦਾ ਫਿਰ ਟੂਬਲ ਚਲਾਉਣ ਦੀ ਕੀ ਲੋੜ ਹੈ ਇਹ ਚੀਜ਼ ਇੱਥੇ ਹੀ ਨਹੀਂ ਰੁਕਦੀਗੀ ਕਿ ਕੱਲੀਆਂ ਸਰਕਾਰਾਂ ਨੇ ਨਹਿਰਾਂ ਦੀ ਸਫਾਈ ਨਹੀਂ ਕੀਤੀ ਇਹਦੇ ਤੋਂ ਇਲਾਵਾ ਲੋਕਾਂ ਨੂੰ ਫ੍ਰੀ ਬਿਜਲੀ ਦੇਤੀ ਕਿ ਤੁਸੀਂ ਜਿੰਨਾ ਮਰਜ਼ੀ ਧਰਤੀ ਹੇਠੋਂ ਪਾਣੀ ਕੱਢੋ ਅਸੀਂ ਤੁਹਾਨੂੰ ਫ੍ਰੀ ਬਿਜਲੀ ਦੇਵਾਂਗੇ ਤਾਂ ਕਰਕੇ ਲੋਕਾਂ ਨੇ ਧੜਾ ਧੜ ਬੋਰ ਲਾਉਣੇ ਸ਼ੁਰੂ ਕਰਤੇ ਤੇ ਧਰਤੀ ਹੇਠਲਾ ਪਾਣੀ ਕੱਢਣਾ ਸ਼ੁਰੂ ਕਰਤਾ ਪਰ ਇਹ ਜਿਹੜੀ ਫ੍ਰੀ ਬਿਜਲੀ ਆਪਾਂ ਨੂੰ ਦਿੱਤੀ ਜਾ ਰਹੀ ਹੈ ਨਾ ਜੇਕਰ ਆਪਾਂ ਇਹ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਇੱਕ ਰਿਪੋਰਟ ਪੜ੍ਹੀਏ ਨਾ ਉਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਕਿ 1 ਲੱਖ 15139 ਯੂਨਿਟਸ ਆਫ ਇਲੈਕਟ੍ਰਿਸਿਟੀ ਖਰਚ ਹੁੰਦੀ ਆ ਸਿਰਫ ਖੇਤੀਬਾੜੀ ਦੇ ਲਈ ਤੇ ਜੇਕਰ ਆਪਾਂ ਗੂਗਲ ਕਰਕੇ ਦੇਖੀਏ ਨਾ ਕਿ ਕਿੰਨਾ ਕੋਲਾ ਯੂਜ਼ ਹੁੰਦਾ 1 ਕਿਲੋਵਾਟ ਇਲੈਕਟ੍ਰਿਸਿਟੀ ਪੈਦਾ ਕਰਨ ਦੇ ਲਈ ਤਾਂ ਤਕਰੀਬਨ 1.14 ਪਾਉਂਡ ਕੋਲ ਚਾਹੀਦਾ ਹੁੰਦਾ ਆਪਾਂ ਨੂੰ 1 ਕਿਲੋਵਾਟ ਇਲੈਕਟ੍ਰਿਸਿਟੀ ਪੈਦਾ ਕਰਨ ਦੇ ਲਈ ਤੇ ਜਿੰਨੇ ਪੰਜਾਬ ਦੇ ਟਿਊਬਵੈਲਜ਼ ਨੂੰ ਚਲਾਉਣ ਦੇ ਲਈ ਇਲੈਕਟ੍ਰਿਸਿਟੀ ਚਾਹੀਦੀ ਹੈ ਨਾ ਓਨੀ ਇਲੈਕਟ੍ਰਿਸਿਟੀ ਪੈਦਾ ਕਰਨ ਦੇ ਲਈ ਤਕਰੀਬਨ 43 ਲੱਖ 80 ਹਜ਼ਾਰ ਟਨ ਕੋਲਾ ਚਾਹੀਦਾ ਤੇ ਇਹ ਜਿਹੜੀ ਇਲੈਕਟ੍ਰਿਸਿਟੀ ਪੈਦਾ ਕਰਨ ਦੇ ਲਈ ਕੋਲਾ ਚਾਹੀਦਾ ਉਹ ਕੋਲਾ ਲਿਆ ਕੇ ਥਰਮਲ ਪਲਾਂਟਾਂ ਦੇ ਵਿੱਚ ਸਾੜਿਆ ਜਾਂਦਾ ਨਾ ਤਾਂ ਉਹਦੇ ਵਿੱਚੋਂ 25% ਕੋਲਾ ਜਿਹਾ ਹੁੰਦਾ ਜਿਹੜਾ ਕਿ ਹਵਾ ਦੇ ਵਿੱਚ ਮਿਕਸ ਹੋ ਜਾਂਦਾ ਜਿਹਦੇ ਕਰਕੇ ਪੰਜਾਬ ਦੀ ਜਿਹੜੀ ਹਵਾ ਉਹ ਲਗਾਤਾਰ ਗੰਧਲੀ ਹੋ ਰਹੀ ਆ ਇਕੱਲੀ ਗੰਧਲੀ ਨਹੀਂ ਹੋ ਰਹੀਗੀ ਜਦੋਂ ਇਹ ਹਵਾ ਦੇ ਵਿੱਚ ਮਿਕਸ ਹੁੰਦਾ ਨਾ ਤਾਂ ਅਜਿਹੇ ਕੈਮੀਕਲ ਰਿਲੀਜ਼ ਕਰਦਾ ਉਹ ਪੰਜਾਬ ਦੇ ਵਿੱਚ ਫੈਲ ਰਹੀਆਂ 50% ਬਿਮਾਰੀਆਂ ਦਾ ਕਾਰਨ ਬਣਦੇ ਨੇ ਤੁਸੀਂ ਦਿੱਲੀ ਦੇ ਵਿੱਚ ਪੰਜਾਬ ਦੇ ਧੂਏ ਦਾ ਰੌਲਾ ਤਾਂ ਬਹੁਤ ਸੁਣਿਆ ਹੋਣਾ ਪਰ ਕਦੇ ਤੁਹਾਨੂੰ ਕਿਸੇ ਨੇ ਇਹ ਗੱਲ ਨਹੀਂ ਦੱਸੀ ਹੋਣੀ ਕਿ ਕਿਸ ਤਰੀਕੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਲਈ ਇਲੈਕਟ੍ਰਿਸਿਟੀ ਪੈਦਾ ਕਰਨ ਦੇ ਲਈ ਜਿਹੜਾ ਕੋਲਾ ਫੁਕਿਆ ਜਾਂਦਾ ਉਹ ਕਿਵੇਂ ਪੰਜਾਬ ਦੇ ਲੋਕਾਂ ਨੂੰ ਬਿਮਾਰ ਕਰ ਰਿਹਾ ਹਾਂ ਇਹ ਜਿਹੜਾ ਕੋਲਾ ਇਹ ਬਿਜਲੀ ਪੈਦਾ ਕਰਨ ਦੇ ਲਈ ਚਾਹੀਦਾ ਇਹ ਸ਼ਹਿਰਾਂ ਦੇ ਵਿੱਚ ਜਿਹੜੀਆਂ ਫੈਕਟਰੀਆਂ ਲੱਗੀਆਂ ਨੇ ਉਹਨਾਂ ਦੇ ਵਿੱਚ ਵੀ ਫੁਕਿਆ ਜਾਂਦਾ ਪਰ ਜਿਹੜੀ ਆਪਾਂ ਖੇਤਾਂ ਦੇ ਵਿੱਚ ਬਿਜਲੀ ਯੂਜ਼ ਕਰਦੇ ਹਾਂ ਜਿਹੜੇ ਟਿਊਬਵੈਲ ਯੂਜ਼ ਕਰਦੇ ਹਾਂ ਉਨ੍ਹਾਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਹੱਦ ਤੱਕ ਘਟਾਈ ਜਾ ਸਕਦੀ ਹੈ ਜੇਕਰ ਸਰਕਾਰਾਂ ਚਾਹਣ ਜੇਕਰ ਨਹਿਰੀ ਪਾਣੀ ਆ ਜਿਹੜਾ ਉਹਦਾ ਜਿਹੜਾ ਪ੍ਰਬੰਧਾ ਉਹ ਵਧੀਆ ਤਰੀਕੇ ਕੀਤਾ ਜਾਵੇ ਪੰਜਾਬ ਦੇ ਹਰ ਇੱਕ ਖੇਤ ਦੇ ਵਿੱਚ ਇਹ ਪਾਣੀ ਪਹੁੰਚਦਾ ਕੀਤਾ ਜਾਵੇ ਨਾ ਤਾਂ ਪੰਜਾਬ ਦੇ ਲੋਕਾਂ ਨੂੰ ਧਰਤੀ ਹੇਠਲਾ ਪਾਣੀ ਕੱਢਣ ਦੀ ਲੋੜ ਆ ਤੇ ਨਾ ਹੀ ਇਹ ਜਿਹੜੀ ਇਲੈਕਟ੍ਰਿਸਿਟੀ ਆ ਫਿਰ ਇੰਨੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਪੰਜਾਬ ਨੂੰ ਚਾਹੀਦੀ ਹੋਊਗੀ ਜਿਹਦੇ ਕਾਰਨ ਇਸ ਚੀਜ਼ ਤੋਂ ਬਚਿਆ ਜਾ ਸਕਦਾ ਆਪਾਂ ਕੋਈ ਕੰਪੈਰੀਜ਼ਨ ਨਹੀਂ ਕਰ ਰਹੇ ਕਿ ਇਹ ਜਿਹੜੇ ਫੈਕਟਰੀਆਂ ਨੇ ਉਹਨਾਂ ਦੇ ਵਿੱਚ ਵੀ ਬਿਜਲੀ ਲੱਗਦੀ ਆ ਜਾਂ ਜਿਹੜੇ ਘਰਾਂ ਦੇ ਵਿੱਚ ਏਸੀ ਚੱਲਦੇ ਆ ਉਹਨਾਂ ਦੇ ਵਿੱਚ ਵੀ ਬਿਜਲੀ ਲੱਗਦੀ ਆ ਆਪਾਂ ਸਿਰਫ ਇਹ ਕੰਪੈਰੀਜ਼ਨ ਕਰ ਰਹੇ ਆ ਕਿ ਇਹ ਜਿਹੜੀ ਟਿਊਬਵੈੱਲਾਂ ਵਾਲੀ ਬਿਜਲੀ ਆ ਇਹਦੇ ਤੋਂ ਵੀ ਸਰ ਸਕਦਾ ਪੰਜਾਬ ਦਾ ਕਿਉਂਕਿ ਪੰਜਾਬ ਪਾਣੀਆਂ ਦੀ ਧਰਤੀ ਆ ਜੇਕਰ ਸਰਕਾਰਾਂ ਵਧੀਆ ਪ੍ਰਬੰਧ ਕਰਨ ਤਾ ਇਸ ਚੀਜ਼ ਦਾ ਜ਼ਰੂਰ ਹੱਲ ਹੋ ਜਾਊਗਾ। ਬਾਕੀ ਇਹ ਜਿਹੜੀ ਹਰੀ ਕ੍ਰਾਂਤੀ ਸਾਲ 1965 ਦੇ ਵਿੱਚ ਭਾਰਤ ਦੇ ਵਿੱਚ ਆਈ ਸੀਗੀ ਤੇ ਜਦੋਂ ਪੰਜਾਬ ਦੇ ਵਿੱਚ ਇਹ ਇੰਪਲੀਮੈਂਟ ਕੀਤੀ ਗਈ ਤਾਂ ਸਾਲ 1980 ਦੇ ਆਉਣ ਤੱਕ ਇਹ ਪੰਜਾਬ ਦੇ ਵਿੱਚ ਫੇਲ ਹੋਣ ਲੱਗ ਗਈ ਸੀ ਕਿਉਂਕਿ ਜਿਹੜੀਆਂ ਇਹ ਵੱਧ ਝਾੜ ਦੇਣ ਵਾਲੀਆਂ ਫਸਲਾਂ ਇਹਨਾਂ ਤੇ ਖਰਚਾ ਵੀ ਵੱਧ ਹੁੰਦਾ ਇਹਨਾਂ ਨੂੰ ਜਾਦੇ ਫਰਟੀਲਾਈਜ਼ਰ ਦੀ ਲੋੜ ਹੁੰਦੀ ਆ, ਜਾਦੇ ਪੈਸਟੀਸਾਈਡ ਦੀ ਲੋੜ ਹੁੰਦੀ ਆ ਤੇ ਇਹਦੇ ਤੋਂ ਇਲਾਵਾ ਜਾਦੇ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਆ ਤਾਂ ਕਰਕੇ ਸ਼ੁਰੂਆਤ ਦੇ ਵਿੱਚ ਤਾਂ ਸਰਕਾਰਾਂ ਨੇ ਇਹਨਾਂ ਨੂੰ ਸਬਸਿਡੀ ਦਿੱਤੀ। ਪਰਾ ਹੌਲੀ ਹੌਲੀ ਕਰਕੇ ਜਦੋਂ ਸਰਕਾਰਾਂ ਨੇ ਸਬਸਿਡੀ ਦੇਣੀ ਬੰਦ ਕਰਤੀ ਤਾਂ ਪੰਜਾਬ ਦੇ ਜਿਹੜੇ ਕਿਸਾਨ ਸੀਗੇ ਉਹ ਮਜਬੂਰਨ ਆਪਦੀ ਜੇਬ ਦੇ ਵਿੱਚੋਂ ਖਰਚਾ ਕਰਕੇ ਇਹ ਜਣੀਆਂ ਫਸਲਾਂ ਇਹਨਾਂ ਨੂੰ ਪੈਦਾ ਕਰ ਰਹੇ ਸੀਗੇ ਜਿਹਦੇ ਕਰਕੇ ਅੱਜ ਦਿਨ ਕਿਸਾਨ ਕਰਜ਼ੇ ਦੇ ਹੇਠ ਦਬਦੇ ਗਏ ਹਮੇ ਡੀਜ਼ਲ ਵੀ ਚਾਹੀਏ ਔਰ ਦੂਸਰੀ ਹਮੇ ਖਾਦ ਵੀ ਚਾਹੀਏ ਖਾਦ ਮਹਿੰਗੀ કરી ਜਾ ਰਹੀ ਹੈ ਪੈਸਟੀਫਾਈ ਦਵਾਈਆਂ ਮਹਿੰਗੀ કરી ਜਾ ਰਹੀ ਹੈ ہماری ਫਸਲ 'ਤੇ ਖਰਚਾ ਜ਼ਿਆਦਾ ਆਤਾ ਹੈ ਤੋ ਹਮਾਰਾ ਉਸਕਾ ਬਕਤਤ ਕਮ ਹੁੰਦੀ ਹੈ ਤੇ ਫਿਰ ਕਿਸਾਨਾਂ ਨੂੰ ਮਜਬੂਰਨ ਇਸ ਕਰਜ਼ੇ ਦੇ ਬੋਝ ਦੇ ਹੇਠ ਔਨ ਕਰਕੇ ਖੁਦ ਕੁਸ਼ੀਆਂ ਤੱਕ ਕਰਨੀਆਂ ਪਈਆਂ ਸੋ ਕਹਿੰਦਾ ਭਾਵ ਹਰੀ ਕ੍ਰਾਂਤੀ ਦੇ ਨਾਂ ਤੋਂ ਆਈ ਇਸ ਬਿਮਾਰੀ ਨੇ ਜਿਹੜੇ ਪੰਜਾਬ ਦੇ ਵਿੱਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਪਹਿਲਾਂ ਤਾਂ ਉਹਨੂੰ ਪਰਦੋਸ਼ਿਤ ਕੀਤਾ ਦੂਜਾ ਜਿਹੜਾ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਉਹਨੂੰ ਵੀ ਪਰਦੋਸ਼ਿਤ ਕੀਤਾ ਤੇ ਜਿਹੜਾ ਪਾਣੀ ਆ ਉਹਨੂੰ ਪਿਤਾ ਦੇ ਬਰਾਬਰ ਕਿਹਾ ਗਿਆ ਤਾ ਉਸ ਚੀਜ਼ ਨੂੰ ਵੀ ਇਹ ਹਰੀ ਕ੍ਰਾਂਤੀ ਦੇ ਨਾਂ ਦੀ ਬਿਮਾਰੀ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚੋਂ ਤਾਂ ਕਰਕੇ ਇੱਕ ਸਿਸਟੇਮੈਟਿਕ ਢੰਗ ਦੇ ਨਾਲ ਪੰਜਾਬ ਨੂੰ ਇੱਕ ਐਕਸਪੈਰੀਮੈਂਟਲ ਸਟੇਟ ਬਣਾ ਕੇ ਆਉਣ ਵਾਲੀਆਂ ਪੰਜਾਬ ਦੀਆਂ ਅਗਲੀਆਂ ਨਸਲਾਂ ਤੱਕ ਬਰਬਾਦ ਕਰਦੀਆਂ ਇਹ ਹਰੀ ਕ੍ਰਾਂਤੀ ਨਾਂ ਦੀ ਬਿਮਾਰੀ ਨੇ ਪੂਰੇ ਭਾਰਤ ਦਾ ਟੈਡਪਨ ਵਾਲੀ ਹਰੀ ਕ੍ਰਾਂਤੀ ਨੇ ਪੰਜਾਬ ਦੀਆਂ ਆਉਣ ਵਾਲੀਆਂ نسلਾਂ ਦੇ ਖੂਨ ਦੇ ਵਿੱਚ ਰੇਹਾਂ ਸਪਰੇਹਾਂ ਭਰਤੀਆਂ ਜਿਹਦੇ ਕਾਰਨ ਪੰਜਾਬ ਅੱਜ ਤਬਾਹ ਹੋਣ ਦੀ ਰਾਹ ਦੇ ਉੱਪਰ ਆ ਤੇ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਇਹ ਪੰਜਾਬ ਨੂੰ ਬਚਾਉਣ ਦੇ ਲਈ ਤਾਂ ਕਰਕੇ ਪੰਜਾਬੀਆਂ ਨੂੰ ਖੁਦ ਅੱਗੇ ਆ ਕੇ ਇਹੇ ਸਟੈਪ ਲੈਣੇ ਪੈਣੇ ਆ ਖੁਦ ਉਹਨਾਂ ਨੂੰ ਖੇਤੀ ਦੇ ਵਿੱਚ ਚੇਂਜੇਸ ਕਰਨੇ ਪੈਣੇ ਆ ਖੁਦ ਉਹਨਾਂ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਪੈਣੇ ਆ ਸਰਕਾਰਾਂ ਨੇ ਆਪਣੀ ਕੋਈ ਮਦਦ ਨਹੀਂ ਕਰਨੀਗੀ ਤਾਂ ਕਰਕੇ ਹਰ ਇੱਕ ਬੰਦਾ ਇਨੀਸ਼ੀਏਟਿਵ ਲਵੇ ਪੰਜਾਬ ਨੂੰ ਬਚਾਉਣ ਦਾ ਤਾਂ ਫੇਰ ਹੀ ਆਪਾਂ ਇਹ ਪੰਜਾਬ ਨੂੰ ਬਚਾ ਸਕਦੇ ਆ ਤੇ ਮੈਂ ਵੀ ਆਪਣੇ ਚੈਨਲ ਦੇ ਉੱਪਰ ਸਮੇਂ-ਸਮੇਂ ਤੇ ਅਜਿਹੀਆਂ ਵੀਡੀਓਜ਼ ਪਾ ਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਮੈਂ ਅੱਗੇ ਵੀ ਕਰਦਾ ਰਹੂੰਗਾ ਤੁਸੀਂ ਉਹਨਾਂ ਸਾਰੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇਹ ਤਾ ਵੀਡੀਓ ਸੀ ਕਿ ਕਿਸ ਤਰੀਕੇ ਦੇ ਨਾਲ ਇੱਕ ਸਿਸਟੇਮੈਟਿਕਲ ਢੰਗ ਦੇ ਨਾਲ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦੇ ਨਾਂ ਤੋਂ ਬਿਮਾਰੀ ਲਿਆਂਦੀ ਗਈ ਤੇ ਪੰਜਾਬ ਨੂੰ ਤਬਾਹ ਕੀਤਾ ਗਿਆ ਤੇ ਆ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ ਕਿਵੇਂ ਪਾਣੀਆਂ ਦੀ ਧਰਤੀ ਪੰਜਾਬ ਲਗਾਤਾਰ ਸੁੱਕਦਾ ਜਾ ਰਿਹਾ ਜੀ ਸਾਡੇ ਮਨ ਕੇ ਚਲੋ ਜੀ 200 ਫੁੱਟ ਤੇ ਬਣੇ ਬਣੇ ਇਹ ਤਾਂ ਹਾਲਾਤ ਦੱਸਦੇ ਨਹੀਂ ਹੁਣ ਕੀ ਬਣਨਾਗਾ ਸਾਡਾ ਮਰਾ ਕੁਝ ਸੁਖ ਰਿਆ ਮੂਰੇ ਉਹਨਾਂ ਦੀ ਆਪਣੀਆਂ ਸਾਡੀਆਂ ਖਤਮ ਹੋ ਗਈਆਂ 20 ਤੋਂ 25 ਸਾਲਾਂ ਦੇ ਵਿੱਚ ਆਪਣੇ ਸਾਰੇ ਪਾਣੀ ਬਿਲਕੁਲ ਜਾਣ ਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ